ਇਹ ਆਪਣਾ ਠੇਕੇਦਾਰ ਜੀ ਹਾਂਜੀ ਉਹ ਮਿਹਰਬਾਨੀ ਥੋੜਾ ਐਡਵਾਂਸ ਚਾਹੀਦਾ ਸੀ ਬਾਬਾ ਜੀ ਪਿਛਲੇ ਹਫਤੇ ਵੀ ਤੁਸੀਂ 7000 ਰੁਪਏ ਲੈ ਕੇ ਗਏ ਹੋ ਉਤੋਂ ਫੇਰ ਮੰਗਣ ਲੱਪੇ ਉਹ ਬਸ ਜੀ ਉਹ ਉਹ ਕੁੜੀ ਦਾ ਪੈਰ ਆ ਗਿਆ ਮੋਟਰਸਾਈਕਲ 'ਚ ਅੱਛਾ ਜੀ ਉਹ ਤੇ ਵਿਚਾਰੀ ਹਸਪਤਾਲ ਦਾਖਲਿਆ ਤੋਂ ਪੈਸੇ ਭੇਜਣੇ ਮੈਂ ਫਿਰ ਅੱਲਾ ਖੈਰ ਕਰੇ ਬਾਉ ਨਹੀਂ ਆਉਂਦੇ ਨੇ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਬਾਬਿਆ ਮੈਂ ਦੇਣਾ ਤੁਹਾਨੂੰ ਆਓ ਜੀ ਤੇ ਬਾਉ ਨਾਲ ਤੁਸੀਂ ਗੱਲ ਕਰ ਸਕਦੇ ਨਾ ਠੇਕੇਦਾਰ ਜੀ ਅਹੀਂ ਤੇ ਤੁਹਾਡੇ ਕੋਈ ਜਰੂਰਤ ਪੂਰੀ ਕਰਨੀ ਹੁੰਦੀ ਐ ਆ ਤਾਂ ਮੈਂ ਵੀ ਬਾਹੂ ਹੁਣਾਂ ਦੇ ਕੋਲੋਂ ਪੈਸੇ ਲੈਣੇ ਮੈਂ ਕਿਹੜਾ ਪੱਲਿਓ ਦੇਣੇ ਬਾਬਿਓ ਤੇ ਚਾਰ ਦਿਨ ਫਿਰ ਮੈਂ ਛੁੱਟੀ ਜਾਣਾ ਜੇ ਪਿੰਡ ਐ ਮਾੜੀ ਗੱਲ ਕਰ ਰਹੇ ਹੋ ਬਾਬਿਓ ਪੈਸੇ ਭੇਜ ਦਿਓ ਤੁਸੀਂ ਪਿਛਲੇ ਹਫਤੇ ਵੀ ਤੁਸੀਂ ਛੁੱਟੀਆਂ ਕੀਤੀਆਂ ਦੋ ਹਾਏ ਤੁਹਾਨੂੰ ਦੱਸਿਆ ਤੇ ਹੈ ਕਿ ਬੱਚੀ ਦਾ ਪੈਰ ਆ ਗਿਆ ਮੋਟਰਸਾਈਕਲ 'ਚ ਉਹ ਬਾਬਿਓ ਤੁਸੀਂ ਕਿਹੜਾ ਪੱਟੀ ਕਰਨੀ ਐ ਜਾ ਕੇ ਉਹ ਪੱਟੀ ਨਹੀਂ ਕਰਨੀ ਜਰਾ ਘਰ ਵਾਲਿਆਂ ਨੂੰ ਹੌਸਲਾ ਹੋ ਜਾਂਦਾ ਤੁਸੀਂ ਵੀ ਬੱਚਿਆਂ ਵਾਲੇ ਜੋ ਆਪਣਾ ਠੇਕੇਦਾਰ ਜੀ ਬਾਬਿਓ ਜਾਣਦਿਆ ਕਰੋ ਪੈਸੇ ਭੇਜੋ ਬਸ ਕੰਮ ਕਰੋ ਤੇ ਨਾਲ ਕੰਮ ਤੇ ਠੇਕੇਦਾਰ ਜੀ ਕਰਨ ਹੀ ਨੇ ਆ ਅਸੀਂ ਕੋ ਨਵਾਂ ਕੰਮ ਨਹੀਂ ਕਰਨੇ ਠੇਕੇਦਾਰ ਜੀ ਜੀ 15 ਸਾਲਾਂ ਦਾ ਹਾਂ ਜਦੋਂ ਮੈਂ ਲਾਹੌਰ ਆ ਗਿਆ ਹਾਂ ਆ ਡਿਫੈਂਸ ਮੇਰੇ ਹੱਥਾਂ 'ਚ ਬਣਿਆ ਆ ਉਹ ਆ ਬੈਰੀਏਟ ਹੁਣ ਮੇਰੇ ਹੱਥਾਂ 'ਚ ਬਣਿਆ ਸਾਰਾ ਬਾਬਿਓ ਇਹ ਡਿਫੈਂਸ ਤੇ ਬੈਰੀਆ ਜੇ ਤੁਸੀਂ ਬਣਾਏ ਇਹ ਹੀ ਤੁਸੀਂ ਆਪਣੇ ਹੱਥਾਂ ਨਾਲ ਬਣਾਵਨੇ ਇਹ ਕੋਈ ਪੈਰਾਂ ਨਾਲ ਨਹੀਂ ਵੀ ਬਣਾਵਣਾ ਉਹ ਬਣਾਵਾਂਗੇ ਭਾਈ ਨੀਫ ਬਣਾਵਾਂਗੇ ਪਰ ਹੌਲੀ ਹੌਲੀ ਬਣਾਵਾਂਗੇ ਤੂੰ ਤੇ ਖੋਰੇ ਕੀ ਹੋ ਗਿਆ ਤੈਨੂੰ ਸਲਾਮ ਅਲੈਕੁਮ ਉਹ ਬਿਸਮਿਲ੍ਲਾ ਕੀ ਹਾਲ ਹੈ ਸਹੀ ਠੀਕ ਠਾਕ ਹੋ ਉਹ ਠੀਕ ਹੈ ਭਾਈ ਹੋਰੇ ਕਦੋਂ ਬਣਾਓਗੇ ਮੈਂ ਤਾਂ ਹੈਰਾਨ ਹੂੰ ਯਾਰ ਠੇਕੇਦਾਰ ਜਦ ਵੀ ਮਾਤਾ ਹੂੰ ਬੈਠ ਕੇ ਬਾਤਾਂ ਹੀ ਕਰ ਰਹੇ ਹੁੰਦੇ ਨੇ ਨਹੀਂ ਨਹੀਂ ਬਸ ਮੇਰੇ ਕੋ ਪੁੱਛ ਰਹੇ ਸੀ مشورہ ਲੈ ਰਹੇ ਸੀ ਕਿ ਇਥੋਂ ਇੰਜ ਕਰ ਕੌਣ ਸਾ مشورہ ਲੈ ਰਹੇ ਉਧਰ ਹੀ ਉਹ ਬੈਠਾ ਹੋਇਆ ਹੈ ਕੱਲ ਆਇਆ ਥਾ ਉਧਰ ਹੀ ਲਗਾ ਹੋਇਆ ਹੈ ਉਹ ਲਿਆ ਨਹੀਂ ਗਿਆ ਇਟਾ ਇਟਾ ਲੈ ਆ ਗਿਆ ਮਿਸਤਰੀ ਜੀ ਆ ਗਿਆ ਔਰ ਫੁੱਲ ਦੂਰਾਂ ਤੇ ਇਟਾਂ ਲਿਆਉਣੀਆਂ ਹੁੰਦੀਆਂ ਨੇ ਹਾਏ ਦੇਖੋ ਦੋ ਦੋ ਇਟੇ ਲੈ ਕੇ ਆ ਰਿਹਾ ਬੰਦਾ ਤੇਰਾ ਹਾਂ ਕੋ ਮਜ਼ਦੂਰ ਹੀ ਲਗਾ ਵੋ ਵਾਲਾ ਜੋ 4 ਇਟੇ ਤਾਂ ਉਠਾ ਲੇ ਹਾਂ ਉਹ ਬਾਉ ਜੀ ਇਹਦੇ ਤੇ ਬਾਜ਼ੂਆਂ ਦੇ ਵਿੱਚ ਦਰਦ ਸੀ ਇਹ ਛੁੱਟੀ ਕਰਨ ਲੱਗਾ ਸੀ ਮੈਂ ਛੁੱਟੀ ਨਹੀਂ ਕਰਨ ਦਿੱਤੀ ਮੈਂ ਕਿਹਾ ਤੂੰ ਕੰਮ ਕਰ ਦੋ ਦੋ ਇੱਟਾਂ ਲਈ ਆ ਦੋ ਦੋ ਇੱਟੇ ਲੈ ਕੇ ਦਿਹਾੜੀ ਤੋਂ ਪੜ ਜਾਏਗੀ ਨਾ ਮੈਂ ਓਏ ਹੋਏ 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 ਨਾ ਨਲਪੁੱਤਰ ਧਿਆਨ ਨਾਲ ਧਿਆਨ ਧਿਆਨ ਨਾਲ ਯਾਰ ਲੋ ਮਿਸਤਰੀ ਜੀ ਇੱਟਾਂ ਗਈਆਂ ਜੇ ਆ ਤਾਂ ਮੈਂ ਜ਼ਰਾ ਚਾਹ ਪੀ ਜਾਵਾਂ ਉਹ ਕੰਮ ਤੋਂ ਨਹੀਂ ਡਰੀਦਾ ਕੰਮ ਤੋਂ ਨਹੀਂ ਡਰੀਦਾ ਮੇਰਾ ਚਾਚਾ ਗੋ ਤੋਂ ਡਿਗਾ ਹੀ ਹਾਂ ਉਹ ਜਨਾਬ ਉਹ ਤੇ ਡਿਗਾ ਸੀ ਸਾਨੂੰ ਵੀ ਕੋਈ ਚਾਹ ਪਾਣੀ ਪੀ ਲੈਣ ਦਿਓ ਮਿਸਤਰੀ ਜੀ ਤੁਹਾਡੇ ਕੋਲ ਕੰਮ ਕਰਨ ਦੇ ਆ ਹਾਏ ये देखो ना 10 12 ईंटे लेके आता है, चाय पीने चला जाता है इतनी चाय पीता मुझे तो लगता है नासरदीब लगा लिया हुआ है तुमने हा, 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 ओ बाबू जी इतनी दूर से तो खोता ही ला सकता है ईंटे जितनी दूर से मैं ला रहा हूं ओ भाई तुम खोता लगा लो तुम मुझे खोता ना बनाओ <laughs> मैं तो जब भी आता हूं मैं तुम लोगों को यही करते हुए देख रहा होता हूं लो जी खोते तो मेनू याद आया खोते ने एक बार मारी मेनू दलती शेर ਫੇਰ ਮੈਂ ਉਹਨੂੰ ਮਾਰੀ ਦਲਤੀ ਨਹੀਂ ਖੋਤੇ ਦਾ ਤੋਂ ਬੰਨਤਾ ਥਾ ਕਿ ਤੁਮੇ ਦਲਤੀ ਮਾਰੇ ਤੁਮਨੇ ਖੋਤੇ ਨੂੰ ਕਿਉਂ ਮਾਰੀ ਬਾਈ ਉਹ ਬਾਉ ਜੀ ਖੋਤੇ ਨੇ ਲੁਆਈਆਂ ਸੀ ਨਵੀਆਂ ਖੁਰੀਆਂ ਉਹਨੇ ਮਾਰੀ ਬਾਬੇ ਹੁਰਾਂ ਨੂੰ ਲੱਤ ਤੇ ਬਾਬੇ ਹੁਰਾਂ ਨੇ ਖੋਤੇ ਨੂੰ ਤਾਂ ਮਾਰੀਆਂ ਕਿ ਤੂੰ ਨਵੀਂ ਖੁਰੀ ਮੇਰੇ ਤੋਂ ਹੀ ਚੈੱਕ ਕਰਨੀ ਇਹ ਹੁੰਦਾ ਏ ਇਧਰ ਸਾਰਾ ਦਿਨ ਬਾਬੇ ਹੁਣੇ ਸਾਨੂੰ ਉਦਾਸ ਨਹੀਂ ਹੋਣ ਦਿੰਦੇ ਦਰਸਲ ਸੀਮੜ ਲਿਆ ਸੀਮੜ ਮੈਂ ਬismillah ਇਨਾਂ ਲੈ ਆ ਜਲਦੀ ਬਾਉ ਜੀ ਅੱਛਾ ਠੇਕੇਦਾਰ ਸਾਹਿਬ ਗਾਲੇ ਹੈ ਇੱਕ ਟੱਕੀ ਦੇ ਕੁਲ ਮੰਗਵਾਇਨ ਛੋਟੀਆਂ ਵੱਡੀਆਂ ਆਗੈਨ ਓਹ खुदा का वास्ता है मेरी जान छोड़ दो तुमने मुझे कहा था कि मैं महीने में मकान खत्म कर दूंगा जी अभी ग्रे नहीं पूरा हुआ तुम्हारे तो दूरों, दूरों अले तो मैं सिर्फ दूरों तेरा मुँह आना भाभी सिर्फ तेरा मुँह वेखन डे जिस दिन मुझे गुस्सा चढ़ गया ना मैंने जाके थाने दरखास्त देनी है तुम्हारे खिलाफ ਈਪੇ ਗੱਲ ਕਰ ਰਹੇ ਹੋ ਬਾਉ ਜੀ ਮਕਾਨ ਤੁਹਾਡਾ ਇਹੋ ਜਿਹਾ ਤਿਆਰ ਹੋਏਗਾ ਸ਼ੀਸ਼ਮਾ ਲੱਗੇਗਾ। ਓਹ ਅਭੀ ਤਾਂ ਤੁਸੀਂ ਮੈਨੂੰ ਸ਼ੀਸ਼ਨਾਗ ਲੱਗ ਰਹੇ ਹੋ। ਓਏ ਸੱਪ ਨਿਕਲੇ। ਓਹ ਚੱਲੇ। ਓ ਮੇ ਤਾਂ ਮਾਰੇ ਨੂੰ ਪੱਟਾ ਫੇਰ ਛੱਡ ਉੱਥੇ ਹੀ। ਓ ਨਿਕਲ ਗਿਆ ਨਿਕਲ ਗਿਆ। ਯਾਦ ਗੱਲ ਰੱਖਣਾ। ਸੱਪ ਨੂੰ ਤੇ ਚੋਰ ਨੂੰ ਜ਼ਮੀਨ ਵੇਲ ਦੇ ਦਿੰਦੀ ਆ। ਬਾਬਿਆ ਨਾ ਮਾਰਨਾ। ਬਾਉ ਜੀ ਘਰ ਤੁਹਾਡਾ ਬਰਕਤਾਂ ਵਾਲਾ ਜੀ। ਨੀਂਹ ਦੇ ਵਿੱਚੋਂ ਸੱਪ ਨਿਕਲ ਆਇਆ ਜੀ ਸੱਪ ਦੇ ਨਿਕਲ ਆਇਆ ਤੂੰ ਕਦੋਂ ਨਿਕਲਣਾ ਹੈ ਮੈਂ ਕਦੀ ਇਹ ਦੂਰਾ ਕੰਮ ਛੱਡ ਕੇ ਨਹੀਂ ਨਿਕਲਿਆ ਬਾਉ ਜੀ ਬਾਉ ਜੀ ਜੇ ਸੱਪ ਨਿਕਲ ਆਇਆ ਨਾ ਤੇ ਇਹ ਤੋਂ ਖਜ਼ਾਨਾ ਵੀ ਨਿਕਲ ਸਕਦਾ ਹੈ ਬਾਜੀ ਚੱਲੇ ਹਮਜਾਏਂਗੇ ਕੰਦਰੋ ਬਾਜੀ ਕੋਲੋਂ ਸਾਨੂੰ ਮਿੱਠੀ ਸਕੰਜਵੀਂ ਬਣਾ ਦੇਉ ਨਾ ਗਰਮੀ ਬਹੁਤ ਹੈ ਹਾਏ ਅੱਲਾ ਨਾਲ ਤੁਹਾਨੂੰ ਬੜਾ ਦੇਣਾ ਤੇ ਦਿੱਤਾ ਤੇ ਹੋਰ ਦੇਣਾ ਕਿਸਮਤ ਵਾਲੇ ਉਹ ਜਿਹੜੇ ਕੁਰਸੀਆਂ ਤੇ ਬਹਿ ਕੇ ਮਕਾਨ ਬਣਾਉਂਦੇ ਹੋ ਬਾਉ ਜੀ ਚਾਹ ਵੇਖੋ ਜਾ ਕੇ ਅੱਬਾ ਸ਼ਹਿਰ ਕਰਾਇਆ ਤੇ ਰਹਿੰਦਾ ਜੀ ਹਾਏ ਪਾਉ ਜੀ ਕੱਲ ਮਿੱਠੇ ਚਾਹਾਂ ਦੀ ਦੇਗ ਭੇਜਣੀ ਏ ਉਹ ਕਿਸ ਲਈ ਓ ਅੰਦਰ ਡ੍ਰੈਗ ਰੂਮ ਦੀ ਖਿੜਕੀ ਤੇ ਬੀਮ ਪੈਣਾ ਹਰ ਦੂਜੇ ਦਿਨ ਦੇ ਕਾ ਆਰਡਰ ਦੇ ਦਿੱਤੇ ਹੋ ਇਤਨੀ ਤਾਂ ਦਾਤਾ ਸਾਹਿਬ ਦੇ ਕੇ ਨਹੀਂ ਪੱਕਦੀ ਨਹੀਂ ਜਿੰਤਨੀ ਮੇਰੇ ਮਕਾਨ ਤੇ ਪੱਕ ਰਹੀ ਹੈ ਰੋਜ਼ ਦੇ ਜੀ ਨਹੀਂ ਖੋਦੀ ਆ ਜੀ ਦੇਖ ਲੈ ਆਏ ਪਹਿਲੀ ਇੱਟ ਰੱਖੀ ਆ ਜੀ ਦੇਖ ਲੈ ਆਏ ਹਾਏ ਡੈਂਪੋ ਪੈ ਰਿਹਾ ਜੀ ਦੇਖ ਲੈ ਆਏ ਅਬ ਬੀਮ ਪੈਣੇ ਆ ਦੇਖ ਲੈ ਆਏ ਅਬ ਲੈਂਟਰ ਪੈਣੇ ਆ ਦੇਖ ਲੈ ਆਏ ਅਬ ਲੈਂਟਰ ਖੁੱਲਣੇ ਆ ਦੇਖ ਲੈ ਆਏ ਓ ਬਾਉ ਜੀ ਇਹ ਛੋਟੇ ਛੋਟੇ ਸ਼ਗਨ ਹੁੰਦੇ ਨੇ ਇਹ ਪੂਰੇ ਕਰਨੇ ਚਾਹੀਦੇ ਨੇ ਕਰਾਂਗੇ ਕਰਾਂਗੇ ਮੈਂ ਤਾਂ ਸਿਰਫ ਇਹ ਸੋਚ ਰਿਹਾ ਹਾਂ ਕਿ ਅਬ ਤੁਹਾਡਾ ਸ਼ਗਨ ਕਾ ਪੂਰਾ ਕਰਨਾ ਹੈ ਮੈਨੂੰ ਤਾਂ ਲੱਗਦਾ ਮਕਾਨ ਨਹੀਂ ਮੈਂ ਬਣਾ ਰਹਾ ਕਿ ਮੈਂ ਮੁੰਡੇ ਕੇ ਦਿਨ ਰੱਖ ਬੈਠਾ ਹਾਂ ਏ ਬਾਉ ਜੀ ਦਿਨ ਰੱਖਣ ਵਾਲੀ ਗੱਲ ਹੁੰਦੀ ਏ ਓ ਕਿਸਮਤ ਵਾਲੇ ਬਾਉ ਜੀ ਕੁਰਸੀਆਂ ਤੇ ਬਹਿ ਕੇ ਮਕਾਨ ਬਣਾਉਣ ਦੇ ਓ ਸ਼ੁਕਰ ਕਰੋ ਮਕਾਨ ਬਣ ਹੀ ਰਿਹਾ ਹੈ ਨਾ ਤੁਹਾਡਾ ਦਿਗੰਤ ਨਹੀਂ ਡਿਆ ਅੱਲਾ ਮਾਫ ਕਰੇ ਓਏ ਨਾ ਵੇਖੋ ਸਲਾਬ ਚ ਕਿੰਨੇ ਆ ਦੇ ਮਕਾਨ ਡਿਗੇ ਜੀ ਜੀ ਯਾਰ ਤੁਮ ਲੋਗ ਮਜ਼ਦੂਰ ਮਿਸਤਰੀ ਹੋ ਜਾਂ ਦਹਿਸ਼ਤ ਕਰ ਦੋ ਆਤ ਮੇਂ ਜੇ ਡਰਾ ਵੀ ਰਹੇ ਹੋ ਸਾਥ ਮੇਂ ਜੇ ਦਾਦੇ ਵੀ ਦੇ ਰਹੇ ਹੋ ਹਾਂ ਕੀ ਕਰ ਰਹੇ ਹੋ ਤੁਮ ਲੋਗ ਮਜ਼ਦੂਰ ਹੈ ਕੰਮ ਕਰਨੇ ਤਾੜਾ ਪਾਣੀ ਲੜੂਗਾ ਕਿਤੇ ਪਾਣੀ ਲਿਆ ਆਇਆ ਜੀ ਲਾਇਆ ਓ ਠੇਕੇਦਾਰ ਜੀ ਓ ਸਰੀਏ ਦੇ ਟੋਟੇ ਸੀਮੈਂਟ ਵਾਲੀ ਬੋਰੀ ਚ ਲਪੇਟ ਕੇ ਤਾੜਾ ਸਕੂਟਰ ਤੇ ਰੱਖਦੇ ਆ ਐ ਇਹ ਛੋਟੇ ਛੋਟੇ ਸਰੀਏ ਕਿਉਂ ਲਪੇਟ ਕੇ ਤੁਹਾਰੇ ਸਕੂਟਰ ਤੇ ਰੱਖ ਰਹੇ ਆ ਓ ਬਾਓ ਜੀ ਫਾਲਤੂ ਪੈ ਹੁੰਦੇ ਨੇ ਓ ਵੇਚ ਕੇ ਤੇ ਪੈਸੇ ਮੁੰਛੀ ਨੂੰ ਜਮ੍ਹਾਂ ਕਰਵਾ ਦੀ ਦੇ ਨੇ ਕਿਧਰ ਗਿਆ ਮੁੰਛੀ ਐ ਕਿਥੇ ਗਿਆ ਬਿੱਲਾ ਉਹ ਵੀ ਆਪਣਾ ਬੇਕਰੀ ਤੋਂ ਕੇਕ ਲੈਣ ਗਿਆ ਹਾਏ ਇਹ ਕਿਸ ਲਈ ਹੈ ਉਹ ਜੀ ਜਦੋਂ ਓਵਰ ਟਾਈਮ ਲਾਉਨੇ ਆ ਨਾ ਤੇ ਨਾਲ ਫਿਰ ਚਾਹ ਦੇ ਕੇਕ ਮੰਗਾ ਲੈਣੇ ਆ ਯਾ ਉਹਨੂੰ ਫੋਨ ਕਰੋ ਕਿ ਇੱਕ ਕੱਪ ਚਾਹ ਦਾ ਵੱਧ ਲੈ ਬਾਊ ਨਹੀਂ ਆ ਗਏ ਆ ਯਾ ਯਾ ਆ ਫੋਨ ਤੇ ਉਹਦੇ ਕੋਲ ਜਾ ਮਜ਼ਦੂਰ ਕੋ ਸਾਡੇ ਕੋ ਕਰ ਯਾਰ ਫਨ ਨੂੰ ਓ ਮੇਰੇ ਮਾਲਿਕ ਮੇਰਾ ਫੋਨ ਇੱਥੇ ਟੁੱਟ ਗਿਆ 8 ਵਜੇ ਆਫ ਤੇ ਹੈਲੋ ਉਹ ਟੁੱਟ ਗਿਆ ਮਾਨਸੇ ਯਾਹਾਂ ਪੇ ਆ ਕੇ ਲੱਗਤਾ ਹੈ ਮੈਂ ਮਿਸਤਰੀ ਮਜ਼ਦੂਰ ਨਹੀਂ ਦੇਖਣੇ ਆਇਆ ਹੂਆ ਆਪਣੇ ਸੁਸਰਾਲ ਆਇਆ ਹੂਆ ਓ ਬਿੱਲੇ ਓ ਯਾਰ ਇੱਕ ਚਾਹ ਵੱਧ ਲੈ ਆਈ ਬਊ ਰੀ ਵੀ ਅੱਜ ਸਾਡੇ ਨਾਲ ਚਾਹ ਪੀਣਗੇ ਆਹੋ ਆਹੋ ਲੈ ਆਇਆ ਉਹਨਾਂ ਦਾ ਕੱਪ ਡਿਸਪੋਜ਼ੇਬਲ ਲੈ ਆਈ ਡਿਸਪੋਜ਼ੇਬਲ ਕੀ ਨਹੀਂ ਅਲਾ ਦਾ ਘਿੰ ਕਿ ਆਵੇ ਉਹਨਾਂ ਕੋ ਸ਼ੂਗਰ ਹੈ ਆ ਖੰਡ ਵੱਖਰੀ ਲਿਆਈ ਅੱਲਾ ਦੇ ਵਾਲੇ कह दिया बहू कह दिया और ठेकेदार जी कुछ खुदा का खौफ खाओ, खाओ सात साल हो गए मकान शुरू हुए हुए सात साल जी हाँ वाल साहब ने शुरू कराया था ये पिछले हफ्ते अब्बा जी की सातवीं बरसी हुई है सात साल हो गया साहब जी तो चीज फिर हमें नहीं पड़ती शाला मार को पंद्रह साल लगे <laughs> ਉਹ 7 ਸਾਲ ਤੋਂ ਹੋ ਗਏ ਆ ਔਰ ਕਿਤਨਾ ਕੁ ਅਰਸਾ ਲਗਾਣਾ ਹੈ ਇਹ ਸਿਰਫ 3 ਸਾਲ ਹੋਏ इनको मकान शुरू हुए ਸਾਲ ਹੋ ਗਿਆ ਉਹ ਇਧਰ ਸ਼ਿਫਟ ਵੀ ਹੋ ਗਏ ਹੋਏ ਉਹ ਜੀ ਸ਼ਿਫਟ ਹੋ ਗਏ ਨੇ ਤਾਂ ਚੋਰੀ ਵੀ ਤਾਂ ਹੋ ਗਈ ਉਹਨਾਂ ਦੇ ਘਰ और उनके घर तो एक दफा चोरी हुई है मेरे घर तो रोज हो रही है रोजाना आके मैं देखता हूं, सीमट आप इस तरह खत्म करते हैं जैसे पता नहीं मेरा मकान सीमेंट का नशा करता है नजर नहीं, नहीं। आती है दो तीन बोरियां आप लोग कह देते हो बारह बोरियां लग गई हैं अठारह बोरियां है, लग गई हैं तीस बोरियां है लग गई हैं ये मेरा मकान बन रहा है या दासू डैम बन रहा है